ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਅਰਬਨ ਡਿਵੈਲਪਮੈਂਟ ਅਥਾਰਟੀ ਵੱਲੋਂ ਬਟਾਲਾ ਤਿਆਰ ਕੀਤੀ ਜਾ ਰਹੀ ਹੈ। ਨਿਊ ਅਰਬਨ ਅਸਟੇਟ ਅਗਲੇ 2 ਮਹੀਨਿਆਂ ਤੱਕ ਸ਼ੁਰੂ ਕਰ ਦਿੱਤੀ ਜਾਵੇਗੀ। ਇਹ ਜਾਣਕਾਰੀ ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਦੀਪਤੀ ਉੱਪਲ ਨੇ ਅੱਜ ਬਟਾਲਾ ਦੀ ਨਿਊ ਅਰਬਨ ਅਸਟੇਟ ਵਿਖੇ ਰੁੱਖ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੀ ਕੀਤੀ। ਅੰਮ੍ਰਿਤਸਰ ਵਿਕਾਸ ਅਥਾਰਟੀ ਦੀ ਮੁੱਖ ਪ੍ਰਸ਼ਾਸਕ ਮੈਡਮ ਦੀਪਤੀ ਉੱਪਲ ਵੱਲੋਂ ਅੱਜ ਜ਼ਿਲ੍ਹਾ ਗੁਰਦਾਸਪੁਰ ਵਿਖੇ ਪੁੱਡਾ ਕਲੋਨੀਆਂ 'ਚ ਰੁੱਖ ਲਗਾ ਕੇ ਵਨ ਮਹੋਤਸਵ ਦੀ ਸ਼ੁਰੂਆਤ ਕੀਤੀ। ਲਗਾਉਣ ਦੀ ਮੁਹਿੰਮ ਤਹਿਤ ਬਟਾਲਾ ਦੀ ਨਿਊ ਅਰਬਨ ਸਟੇਟ ਅਤੇ ਅਰਬਨ ਸਟੇਟ ਵਿਖੇ 150 ਦੇ ਕਰੀਬ ਰੁੱਖ ਲਗਾਏ। ਮੈਡਮ ਉੱਪਲ ਨੇ ਕਿਹਾ ਕਿ ਇਹਨਾਂ ਰੁੱਖਾਂ ਦੀ ਸੰਭਾਲ ਜਿੱਥੇ ਪੁੱਡਾ ਦੇ ਮੁਲਾਜ਼ਮ ਕਰਨਗੇ, ਉੱਥੇ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਵੀ ਰੁੱਖਾਂ ਦੀ ਸੰਭਾਲ ਵਿੱਚ ਆਪਣਾ ਯੋਗਦਾਨ ਪਾਉਣ। ਇਸ ਦੇ ਨਾਲ ਉਹਨਾਂ ਦੱਸਿਆ ਕਿ ਨਿਊ ਅਰਬਨ ਸਟੇਟ ਬਟਾਲਾ ਕਲੋਨੀ ਪ੍ਰੋਜੈਕਟ ਨਵਾਂ ਹੈ ਅਤੇ ਕੁੱਲ ਰਕਬਾ 80 ਏਕੜ ਹੈ, ਜਿਸ ਵਿੱਚੋਂ ਪਹਿਲੇ ਪੜਾਅ ਤਹਿਤ 32 ਏਕੜ ਰਕਬੇ ਵਿੱਚ ਫੇਸ 1 ਤਿਆਰ ਕੀਤਾ ਜਾ ਰਿਹਾ ਹੈ, ਜੋ ਅਗਲੇ 2 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ। ਅੱਜ ਹਮਨੇ ਪੁੱਡਾ ਕੀ ਤਰਫ ਸੇ ਇੱਕ ਪਲਾਂਟੇਸ਼ਨ ਡਰਾਈਵ ਸ਼ੁਰੂ ਕੀਆ ਹੈ। ਪਹਿਲੇ ਹਮਨੇ ਨਿਊ ਅਰਬਨ ਅਸਟੇਟ ਬਟਾਲਾ ਜੋ ਹਮ ਸਕੀਮ ਬੜੀ ਜਲਦੀ ਲਾਂਚ ਕਰਨੇ ਵਾਲੇ ਹੈ, ਪਹਿਲੇ ਹਮਨੇ ਵਹਾਂ ਪੇ ਕੀਆ ਹੈ, ਅਬ ਅਰਬਨ ਅਸਟੇਟ ਬਟਾਲਾ, ਔਰ ਉਸਕੇ ਬਾਅਦ ਹਮ ਗੁਰਦਾਸਪੁਰ ਜਾ ਰਹੇ ਹੈਂ। ਇਟ ਵਿਲ ਬੀ ਆ ਫੁੱਲ ਪ੍ਰੋਸੈਸ। ਹਮ ਉਸਕੇ ਬਾਅਦ ਅੰਮ੍ਰਿਤਸਰ ਕੀ ਵੀ ਜੋ ਹਮਾਰੀ ਪੁੱਡਾ ਅਪਰੂਵਡ ਕਲੋਨੀਜ਼ ਹੈ ਵਹਾਂ ਪੇ ਸ਼ੁਰੂ ਕਰੇਂਗੇ। ਇਨਫੈਕਟ ਹਮ RWAs ਜੋ ਹੈ ਲਾਇਸੈਂਸ ਕਲੋਨੀਜ਼, ਉਨਕੇ ਸਾਥ ਵੀ ਬਾਤ ਚੱਲ ਰਹੀ ਹੈ ਹਮਾਰੀ ਕਿ ਸਭ ਜਗ੍ਹਾ ਪੇ ਪਲਾਂਟੇਸ਼ਨ ਡਰਾਈਵ ਹੋ। ਬਿਕਾਜ਼ ਇਨ ਟੁਡੇਜ਼ ਟਾਈਮ ਜਬ ਗਲੋਬਲ ਵਾਰਮਿੰਗ ਕਾ ਇਤਨਾ ਜ਼ਿਆਦਾ ਪ੍ਰੋਬਲਮ ਹੈ, ਤੋ ਯੇ ਹਮਾਰੀ ਡਿਊਟੀ ਬਣਤੀ ਹੈ ਕਿ ਹਮ ਪਲਾਂਟੇਸ਼ਨ ਕੋ ਕਾਫੀ ਜ਼ਿਆਦਾ ਕਰੇਂ। ਔਰ ਮੈਂ ਯਹੀ ਅਪੀਲ ਕਰਤੀ ਹੂੰ ਕਿ ਜੋ ਹਮ ਪੇੜ ਆਜ ਲਗਾ ਰਹੇ ਹੈਂ ਉਸਕੀ ਦੇਖਭਾਲ ਐਜ਼ ਐਡਮਿਨਿਸਟ੍ਰੇਸ਼ਨ ਹਮੇ ਤੋ ਕਰਨੀ ਹੈ, ਲੇਕਿਨ ਜੋ ਯਹਾਂ ਕੀ RWA ਹੈ, ਜੋ ਯਹਾਂ ਕੇ ਲੋਕ ਹੈਂ, ਵੋ ਵੀ ਉਸਕੀ ਪੂਰੀ ਦੇਖਭਾਲ ਕਰੇਂ, ਪਾਣੀ ਦੇਂ, ਔਰ ਜਿਤਨੇ ਜ਼ਿਆਦਾ ਬੂਟੇ ਲਗੇਂਗੇ ਉਤਨਾ ਹੀ ਜ਼ਿਆਦਾ ਹਮਾਰੀ ਇਨਵਾਇਰਮੈਂਟ ਕੇ ਲਈ ਹਮ ਸਭ ਕੇ ਲਈ ਅੱਛਾ ਹੋਗਾ। ਕਬਜ਼ੇ ਦੇ ਕਿੰਨੇ ਕੇਸਿਸ ਇਸ ਤਰ੍ਹਾਂ, ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਆ ਰਿਹਾ ਕਿ ਇਹਨਾਂ ਨੂੰ ਕਬਜ਼ਾ ਨਹੀਂ ਮਿਲਿਆ। ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਕੇਸ ਨਹੀਂ ਹੈ। ਜੇਕਰ ਤੁਹਾਨੂੰ ਪਤਾ ਹੈ ਕੁਝ ਇਸ ਤਰ੍ਹਾਂ ਦੇ ਕੇਸਿਸ ਤਾਂ ਕਾਈਂਡਲੀ ਮੇਰੇ ਨੋਟਿਸ 'ਚ ਲੈ ਕੇ ਆਓ, ਕਿਉਂਕਿ ਮੇਰੇ ਕੋਲ ਇਸ ਤਰ੍ਹਾਂ ਦੀ ਐਪਲੀਕੇਸ਼ਨ ਹਜੇ ਤੱਕ ਆਈ ਨਹੀਂ ਕਿ ਉਹਨਾਂ ਨੂੰ ਕਬਜ਼ਾ ਨਹੀਂ ਮਿਲਿਆ। ਵੀ ਹੈਵ ਇਨਸ਼ੋਰ ਕਿ ਕਬਜ਼ਾ ਸਾਰਿਆਂ ਨੂੰ ਮਿਲੇ, ਕਿ ਤੁਸੀਂ ਮੈਨੂੰ ਕੇਸਿਸ ਦੱਸ ਦਿਓ। ਅਸੀਂ ਕੋਸ਼ਿਸ਼ 'ਚ ਹਾਂ ਕਿ ਅਸੀਂ 1-2 ਮਹੀਨੇ 'ਚ ਇਹਨੂੰ ਲਾਂਚ ਕਰ ਦਈਏ। ਉੱਥੇ ਕੰਮ ਚੱਲ ਰਿਹਾ, ਕਾਫੀ ਸਪੀਡ ਨਾਲ ਅਸੀਂ ਕੰਮ ਕਰਾ ਰਹੇ ਹਾਂ, ਸੜਕਾਂ ਵਗੈਰਾ ਵੀ ਕੱਟਤੀਆਂ ਹੈ, ਅਤੇ ਹੋਪਫੁਲੀ ਵੀ ਵਿਲ ਬੀ ਏਬਲ ਟੂ ਲਾਂਚ ਇਟ ਇਨ ਦਿਸ ਈਅਰ ਓਨਲੀ। ਮੈਂ ਬਿਲਕੁਲ ਜਿਹੜੀ ਮੈਂ ਗੱਲ ਪਹਿਲੇ ਵੀ ਕਹਿ ਰਹੀ ਸੀ ਕਿ ਕੇਅਰ ਐਡਮਿਨਿਸਟ੍ਰੇਸ਼ਨ ਸਾਈਡ ਤੋਂ ਹੋਏਗੀ, ਲੇਕਿਨ ਕਿਸੇ ਵੀ ਜਗ੍ਹਾ 'ਤੇ ਐਡਮਿਨਿਸਟ੍ਰੇਸ਼ਨ 'ਤੇ ਲੋਕਾਂ ਨੇ ਨਾਲ ਹੀ ਚੱਲਣਾ ਹੁੰਦਾ, ਤਾਂ ਹੀ ਇਹ ਮੇਰੀ ਅਪੀਲ ਹੈ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਨੂੰ ਵੀ, ਨੇਬਰਹੁੱਡ ਨੂੰ ਵੀ, ਕਿ ਉਹ ਵੀ ਨਾਲ ਮਿਲ ਕੇ ਇਹ ਸਾਰੇ ਜਿਹੜੇ ਪੌਦੇ ਲੱਗ ਰਹੇ ਉਹਨਾਂ ਦੀ ਦੇਖਭਾਲ ਵੀ ਕਰਨ। ਇਸ ਮੌਕੇ ਦੀਪਤੀ ਉੱਪਲ ਅਤੇ ਤੇਜਿੰਦਰ ਸਿੰਘ ਸੰਧੂ ਨੇ ਅਰਬਨ ਸਟੇਟ ਵਾਸੀਆਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ। ਬਟਾਲਾ ਤੋਂ ਜਤਿੰਦਰ ਕੁੰਦਲ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ, ਜਿਹਦੇ ਵਿੱਚ ਅਸੀਂ ਤੁਹਾਨੂੰ ਦਿਖਾਉਂਦੇ ਰਹਾਂਗੇ ਨਿਊਜ਼ ਅਪਡੇਟ, ਸਪੈਸ਼ਲ ਸਟੋਰੀਜ਼, ਲਾਈਵ ਕਨਸਰਟ ਤੇ ਇਦਾਂ ਦੀਆਂ ਹੋਰ ਵੀ ਗਤੀਵਿਧੀਆਂ ਨੂੰ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ। ਨੀਚੇ ਦਿੱਤੇ ਹੋਏ ਸਬਸਕ੍ਰਾਈਬ ਐਂਡ ਬੈਲ ਦੀ ਆਪਸ਼ਨ ਤੇ ਕਲਿੱਕ ਕਰੋ ਤਾਂ ਕਿ ਅਸੀਂ ਸਾਡੀਆਂ ਲੇਟੈਸਟ ਅਪਡੇਟਸ ਨੂੰ ਤੁਹਾਡੇ ਤੱਕ ਪਹੁੰਚਾ ਸਕੀਏ।